ਕੀ ਬਣਿਆ ਯਾਰ ਹਮੀਦ ਸਾਹਿਬ? ਕਾਹਦਾ ਕੰਮ ਦਾ? ਕੰਮ ਦਾ ਘੱਟਾ ਵੱਡਾ ਯਾਰ। ਕਿਉਂ? ਅੱਜ ਹਫ਼ਤਾ ਹੋ ਗਿਆ ਫੈਕਟਰੀ ਜਾਂਦੇ, ਵੀ ਦੱਸੋ ਦੱਸੋ। ਉਹ ਮੇਰੇ ਨਾਲ ਹੋਰ 5 ਬੰਦੇ ਉਹਨਾਂ ਨੇ ਕੱਢ ਦਿੱਤੇ। ਉਹ ਕਹਿੰਦੇ ਭਾਈ ਬਚੜੀ ਕੋਈ ਨਹੀਂ ਹੈਗਾ ਤਾਂ ਕੀ ਕਰੀਏ। ਮੈਨੂੰ ਵੀ ਦੁਕਾਨ ਵਾਲਿਆਂ ਨੇ ਕਿਹਾ ਜੀ ਜਾਓ ਘਰ, ਇਦੋਂ ਬਾਅਦ ਵੇਖਾਂਗੇ, ਜੇ ਕੋਈ ਕੰਮ ਕੁੰਮ ਤਕੜੇ ਹੋਏ ਤਾਂ ਫਿਰ ਰੱਖ ਲਵਾਂਗੇ। ਸੁਬਾਹ ਤੋਂ ਲਾ ਕੇ ਸ਼ਾਮ ਤੱਕ ਬੈਠੇ ਰਹਿੰਦੇ, ਕਹਾ ਕਿ ਕੋਈ ਨਹੀਂ ਯਾਰ ਹੈਗਾ, ਹਾਲਾਂਕਿ ਈਦ ਦੇ ਦਿਨ ਨੇ। ਨਹੀਂ ਨਾ, ਆ ਤੂੰ ਹਫ਼ਤਾ ਪਹਿਲੇ ਤਾਂ ਜਾਣਦੇ ਆ। ਉਹ ਭਰਾਵਾ ਮੇਰੀ ਉਹਨਾਂ ਨੇ 3 ਦਿਨ ਹੋ ਗਏ ਛੁੱਟੀ ਕਰਾਈ। ਹੁਣ ਕੀ ਕਰਨਾ ਯਾਰ? ਕਰਨਾ ਕਰਾਉਣਾ ਕੀ ਆ, ਪਰੇਸ਼ਾਨ ਆ ਯਾਰ। ਕੱਲ੍ਹ ਸ਼ਹਿਰ ਨਾ ਚਲੀਏ, ਉੱਥੇ ਕਿਤੇ ਪਤਾ ਕਰੀਏ ਕੰਮ ਦਾ ਯਾਰ। ਬੱਚੇ ਵੀ ਤਾਂ ਪਾਲਣੇ ਕਿ ਨਹੀਂ, ਇਹ ਕਹਿੰਦੇ ਮਰਨਾ। ਕੰਮ ਬੜੀ ਔਖੀ ਗੱਲ ਆ ਹੁਣ ਕੰਮ ਲੱਭਣਾ। ਕੰਮ ਛੱਡੇ ਜਾਂਦੇ ਆ ਕਿਤੇ ਯਾਰ। ਕੀ ਆ ਯਾਰ, ਚੰਗਾ ਭਲਾ 2-3 ਸਾਲ ਲਾਏ ਮੈਂ ਫੈਕਟਰੀ। ਰਾਹ ਚ ਲੈ ਜਾਂਦਾ ਪੈਂਡਰ ਹੋ ਗਈ? ਨਹੀਂ ਆ, ਬੰਦ ਅੱਗੇ ਕਣਕਾਂ ਇੱਧਰੋਂ ਦੀ ਹੋ ਜਾ ਪੱਕੀ। ਪੱਕੀ ਵੱਲ ਦੀ ਚੱਲ ਜਾਓ ਭਾਜੀ। ਨਹੀਂ ਨਹੀਂ, ਪੱਕੀ ਵੱਲ ਦੀ ਨਹੀਂ ਜਾਣਾ ਭਾਜੀ। ਇੱਧਰ ਗਾਂ ਰਾਹ ਹੀ ਕੋਈ ਨੀਗਾ। ਓਏ ਹਟ ਜਾ। ਕੋਈ ਨੀਗਾ ਕੋਈ ਨੀਗਾ, ਵੈਸੇ ਹੀ ਹੈ ਇੱਧਰ। ਲਾਂਗਾ ਬਲਾਂਗਾ ਕੋਈ ਨੀ, ਕੁਛ ਨੀ ਕਹਿੰਦਾ ਭਾਜੀ। ਇੱਧਰੋਂ ਦੀ ਚੱਲ ਜਾਓ ਆ ਪੱਕੀ, ਅੱਗੇ ਸਾਰੇ ਕਣਕਾਂ ਲੱਗੀਆਂ। ਨਹੀਂ ਵਿੱਚੋਂ ਵਿੱਚੋਂ ਦੀ ਜਾਣਾ ਜਾਂਦਾ ਉਹ ਵਿੱਚੋਂ ਭਾਜੀ। ਪਾਣੀ ਪੂਣੀ ਲੱਗਾ, ਤੁਹਾਡੇ ਕੱਪੜੇ ਖਰਾਬ ਹੋ ਜਾਣੇ, ਜੁੱਤੀ ਖਰਾਬ ਹੋ ਜਾਣੀ ਤੁਹਾਡੀ। ਕੱਲ੍ਹ ਸ਼ਹਿਰ ਚੱਲਦੇ ਹਾਂ। ਆ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਆ ਯਾਰ, ਹਫ਼ਤਾ ਰਹਿ ਗਿਆ ਉਧਰੋਂ ਡੇਲੀ ਬੱਚਿਆਂ ਨਾਲ ਵੀ ਖੇਡ ਹੁੰਦੀ ਹੈ। ਉਹ ਭਾਜੀ ਇੱਧਰ ਰਾਹ ਹੈ ਨਹੀਂ, ਤੁਸੀਂ ਫਿਰ ਉੱਧਰ ਹੀ ਤੱਕੀ ਜਾਂਦੇ ਆ। ਇੱਧਰ ਹੈ ਨਹੀਂ ਰਾਹ, ਇੱਧਰ ਦੀ ਕਿਤੇ ਜਾਵਾਂ ਫਿਰ? ਇੱਧਰ ਦੀ ਕੀ ਗੱਲ ਕੀ ਹੈ ਭਾਜੀ, ਕਿੱਥੇ ਜਾਣਾ ਵਾ? ਪਿੰਡ ਜਾਣਾ ਯਾਰ, ਮੈਂ ਆਪਣੇ ਸਹੁਰਿਆਂ ਦੇ ਪਿੰਡ। ਅੱਛਾ ਅੱਛਾ, ਉੱਥੇ ਆ ਜਾਓ, ਬਹਿ ਜਾਓ, ਬੈਠੋ, ਆ ਜਾਓ। ਪਾਣੀ ਸ਼ਾਣੀ ਪਿਲਾਈਏ ਭਾਜੀ? ਨਹੀਂ ਜੀ, ਸ਼ੁਕਰੀਆ ਜੀ, ਸ਼ੁਕਰੀਆ। ਉਹ ਜਿੱਦਾਂ ਘਰਾਂ 'ਚ ਰੌਲੇ ਹੁੰਦੇ ਆ, ਉਹ ਬੇਗਮ ਬਸ ਕਿਸੇ ਗੱਲੋਂ ਲੜ ਪਈ, 7-8 ਮਹੀਨੇ ਹੋ ਗਏ। ਕੋਈ ਨਹੀਂ, ਉੱਥੇ ਹੋ ਜਾਓ ਭਾਜੀ, ਸਾਹ ਸੋ ਲਓ, ਇੱਥੇ ਹੋ ਜਾਓ, ਉੱਥੇ ਹੋ ਜਾਓ। ਬਸ ਹੋਏ ਆ ਕਿ ਕੋਈ ਚਾਹ ਸ਼ਾਹ ਬਣਵਾਈਏ? ਬਸ ਮਿਹਰਬਾਨੀ। ਓਏ ਹੋਏ, ਇਨਸਾਨ ਬਣ ਘੁੰਮ ਆਇਆ ਗਿਆ, ਮਹਿਮਾਨ ਵੇਖ ਲਿਆ ਘਰ। ਉਹ ਭਾਜੀ ਮੁੰਡਾ ਬਾ ਇੱਦਾਂ ਹੀ ਆ, ਥੋੜ੍ਹਾ ਮਲੰਗ ਤਬੀ ਜਾਂਦਾ ਆ। ਕੋਈ ਨਹੀਂ, ਉੱਤੇ ਇਸ ਲਈ ਮੈਂ ਕਿਹਾ ਉੱਤੇ ਆ ਜਾਓ। ਕੱਲ੍ਹ ਵੀ ਇੱਕ ਬੰਦੇ ਦੀ ਅੱਡੀ ਪਾੜਤੀ ਇਹਨੇ। ਜੁੱਤੀ ਤਾਂ ਨਹੀਂ ਖਾਜੂ ਮੇਰੀ? ਨਹੀਂ ਨਹੀਂ, ਜੁੱਤੀ ਨਹੀਂ ਖਾਂਦਾ। ਨਹੀਂ, ਜੁੱਤੀਆਂ ਸਾਡੇ ਕੋਲ ਖਾਂਦਾ, ਕੰਮ ਤਾਂ ਇਹਦੇ ਜੁੱਤੀਆਂ ਖਾਣ ਵਾਲੇ। ਓਏ ਹਟ ਜਾ, ਪਿੱਛੋਂ ਕੇ ਪੈ। ਉਹ ਨਾ ਜੀ, ਇਨਸਾਨ ਬਣਿਆ ਕਰ। ਕਿਸੇ ਗੱਲ ਤੋਂ ਨਾ ਲੜਾਈ ਹੋਈ ਸਾਡੀ। ਅੱਛਾ, ਮੇਰੀ ਤੇ ਮੇਰੀ ਬੁੱਢੀ ਦੀ? ਹਾਂਜੀ, ਤੇ ਉਹ ਰੁੱਸ ਕੇ ਨਾ ਜੀ ਚਲੀ ਗਈ। ਉਹ ਫਿਰ ਮੈਂ ਵਾਹਵਾ ਵਿੱਚ ਬੰਦੇ ਬੁੰਦੇ ਪਾਏ, ਮੇਰੇ ਮਾਂ ਪਿਓ ਵੀ ਗਏ, ਪਰ ਗੱਲ ਜਿਹੜੀ ਨਾ ਬਣੀ ਨਹੀਂ। ਅਤੇ ਮੈਂ ਕਹਿੰਦਾ ਨਾ ਕੋਈ ਬੰਦਾ ਮੈਨੂੰ ਪਿੰਡ 'ਚੋਂ ਐਸਾ ਲੱਭ ਜਾਵੇ ਜਿਹੜਾ 10-20 ਹਜ਼ਾਰ ਲਵੇ। ਅਤੇ ਇਹ ਆ ਕਿ ਬਸ ਉਹ ਘਰਦਿਆਂ ਨੂੰ ਤੋਰ ਦੇਵੇ ਮੇਰੇ ਨਾਲ। ਉਹ 10-20 ਹਜ਼ਾਰ ਕੀ ਆ, ਭਾਵੇਂ ਯਾਰ 30 ਹਜ਼ਾਰ ਲੈ ਲਵੇ। ਨਹੀਂ ਕਰਨਾ ਕੀ, ਬਸ ਉਹ ਆ ਕਿ ਤੋਰ ਦੇਵੇ ਨਾਲ ਮੇਰੇ। ਅਤੇ ਭਾਜੀ ਰੌਲਾ ਹੀ ਕੋਈ ਨਹੀਂ ਗਾ, ਆ ਪਿੰਡ ਸਾਰਾ ਆਪਣਾ ਹੀ ਆ, ਆ ਨਾਲ ਦੇ ਪਿੰਡਾਂ ਦੇ ਵਿੱਚ ਵੀ ਆਪਣੀ ਵਾਕਫੀਅਤ ਆ। ਹਮੀਦ ਸਾਹਿਬ ਵਾਲਾ ਕੋਈ ਨਹੀਂ, ਆ ਨਾਲ ਦਾ ਲੰਬੜਦਾਰ ਇਹ ਵੀ ਇੱਥੇ ਸ਼ਾਮ ਨੂੰ ਆ ਕੇ ਸਾਡੇ ਕੋਲ ਬਹਿੰਦਾ, ਔਰ ਸਾਹਮਣੇ ਪਿੰਡ ਦਾ ਲੰਬੜਦਾਰ ਵੀ ਇੱਥੇ ਆ ਕੇ ਬਹਿੰਦਾ। ਜਿਹੜਾ ਕੋ ਤੁਹਾਡਾ ਰੌਲਾ ਸਾ, ਤੁਸੀਂ ਸਾਨੂੰ ਦੱਸੋ, ਅਸੀਂ ਮੁਕਸੂ ਪਿੰਡ ਦਾ ਰਹਿਣ ਵਾਲਾ ਹੀ ਕੋਈ ਨਹੀਂ ਹੈਗਾ। ਇਹ ਭਾਜੀ ਕਿਹੜੀ ਗੱਲ, ਕਿੰਨੇ ਦਿਨ ਹੋ ਗਏ ਰੁੱਸ ਕੇ ਆਏ ਨੂੰ? 6 ਮਹੀਨੇ ਹੋ ਗਏ। ਇਹ ਮੁੰਡਾ ਕੁਝ ਖਾਣ ਵੀ ਨਹੀਂ ਡਿਆ ਤੇ ਮੂੰਹ ਵੀ ਸਵਾਰਨ ਡਿਆ। ਉਹ ਬਸ ਇਹ ਜੀ ਖਿਆਲੀ ਖਾਂਦਾ, ਜ਼ੇਨੀ ਤਵਾਜ਼ਨ ਬਸ। ਇਹ ਕੋਠੇ ਤੋਂ ਜੀ ਡਿੱਗ ਪਿਆ ਸੀ। ਅੱਛਾ, ਤੇ ਉਹ ਇਹਦੇ ਸਿਰ 'ਚ ਪਾਵਾ ਵੱਜਾ ਤੇ ਉਦੋਂ ਦਾ ਬਸ ਇੰਜੀ ਆ, ਉਦੋਂ ਦਾ ਪਾਵਾ ਪਾਵਾ। ਹਟ ਜਾ। ਨਹੀਂ ਨਹੀਂ ਬਸ। ਤੇ ਉਹ ਆਪਣਾ ਆਪਣਾ ਕਿਹੜਾ ਪਿੰਡ ਹੈ ਜੀ? ਸਾਡਾ ਪਿੰਡ ਹੈਗਾ ਅਲੀਪੁਰ। ਅਲੀਪੁਰ? ਅੱਛਾ, ਬਾਬਾ ਦੂਰੋਂ ਆਏ। ਹਾਂਜੀ, ਤੇ ਭਾਜੀ ਹੌਲੀ ਹੌਲੀ ਨੇੜੇ ਨੇੜੇ ਹੋਈ ਜਾਣ ਡਿਆ। ਕੁਛ ਨਹੀਂ ਹੁੰਦਾ, ਇੱਧਰ ਹੋ ਕੇ ਬਹਿ ਜਾ, ਗੱਲ ਸੁਣਨ ਦੇ ਭਾਈ ਦੀ। ਨਾ ਪੁੱਤ, ਬੇਟੇ ਉਹ ਤੇਰਾ ਚੂਪਾ ਖੋਲਿਆ ਸੀ। ਬਸ ਬਸ। ਤੇ ਉਹ ਆਪਣਾ ਜਿਹੜੀ ਤੁਹਾਡੀ ਘਰ ਦੀ ਆ, ਉਹਦੇ ਮਾਂ ਪਿਓ ਤਾਂ ਰਾਜੀ ਨਾ ਭੇਜਣ ਤੇ? ਉਹ ਇਹੀ ਆ ਨਾ ਕਿ ਉਹ ਫਿਰ ਜਿਹੜਾ ਬੰਦਾ ਮੇਰੇ ਵੱਲੋਂ, ਤਾਂ ਭਾਈ ਮੈਂ 20-30 ਹਜ਼ਾਰ ਰੁਪਇਆ ਜਿਹੜਾ ਦੇਣਾ ਹੈ ਮੇਰੇ ਵੱਲੋਂ, ਤੁਸੀਂ ਲੈ ਲਓ, ਤੁਸੀਂ ਉਹ ਗੱਲ ਕਰ ਲਓ ਉਹਨਾਂ ਨਾਲ। ਇਹ ਆ ਕਿ ਬੰਦੇ ਵਿੱਚ ਪਾ ਕੇ ਉਹਨਾਂ ਨੂੰ ਮਨਾ ਕੇ ਅਤੇ ਮੈਨੂੰ ਟੈਲੀਫੋਨ ਕਰ ਦਿਓ, ਮੈਂ ਨਾਲ ਚਲਾ ਜਾਊਂਗਾ। ਤੇ ਉੱਥੇ ਆ ਕਿ ਅੱਗੋਂ ਵਾਧਾ ਘਾਟਾ ਨਾ ਮੇਰੇ ਨਾਲ ਯਾਰ ਕੋਈ ਗੱਲ ਗੱਲਬਾਤ ਨਾ ਕਰਨ ਮੇਰੇ ਨਾਲ। ਘਾਟਾ ਕਿੰਨੇ ਕਰਨਾ ਉੱਥੇ, ਕਾਹਦੇ ਲਈ ਬੈਠੇ ਪਿੰਡਾਂ 'ਚ ਇੱਕ ਦੂਜੇ ਦੇ? ਅਮਜਦ ਦੀ ਬੁੱਢੀ ਦਾ ਜਦੋਂ ਰੌਲਾ ਬਣਿਆ ਸੀ, ਤੇ ਉਹ ਆਪਾਂ ਦੋ ਭਰਾਵਾਂ ਨੇ ਉਹਨੂੰ ਆ ਤਾਂ ਵੇਲਾ ਵਸਦਾ ਹੀ ਨਹੀਂ ਡਈ ਅਜੇ ਤੱਕ। ਤੇ ਬਸ ਵੀ ਯਾਰ ਐ ਵੀ ਕੋਈ ਅਗਰ ਤੁਹਾਡਾ ਹੱਥ ਪੈਂਦਾ ਆ ਭਾਈ। ਭਾਜੀ ਹੱਥ ਵਾਲੀ ਕਿਹੜੀ ਗੱਲ ਆ, ਪਿੰਡ ਆਪਣਾ ਵਾ, ਸਾਹਮਣਾ ਵੀ ਅਲਹਮਦੁਲਿਲਾ ਆਪਣਾ ਘਰ ਆ ਗਿਆ ਘਰ। ਅਸੀਂ ਕਿਸੇ ਨੂੰ ਉੱਥੇ ਜਿਹੜਾ ਪਿੰਡ ਵਾ ਜਿੱਥੇ ਸਹੁਰੇ ਰਹਿੰਦੇ ਤੇਰੇ ਭਾਈ, ਅਸੀਂ ਉਸ ਪਿੰਡ ਦਾ ਕੋਈ ਲੰਬੜਦਾਰ ਲੱਭ ਲਾਂਗੇ, ਅੱਲਾ ਦੀ ਰਹਿਮਤ ਨਾਲ ਇੱਥੇ ਸਾਡਾ ਪਿੰਡ ਦਾ ਲੰਬੜਦਾਰ ਕਹਿ ਦੇਵੇ ਤੇ ਰੌਲਾ ਹੀ ਕੋਈ ਨਹੀਂ ਆ, ਕਰਦਾ ਹੀ ਕੋਈ ਨਹੀਂ ਆ, ਤੇ ਉਹ ਹੋ ਜਾਣਾ ਕੰਮ ਤੁਹਾਡਾ। ਅੱਜ ਕੱਲ੍ਹ ਜੀ ਕਰ ਦਿੰਦੇ ਆ, ਪੱਕੀ ਗੱਲ ਆ, ਦੇਖ ਲਓ।
ਅੱਲਾ ਦੀ ਰਹਿਮਤ ਯਾਰ ਆ ਮੁੰਡਾ ਕੀ ਕੀ ਕਰ ਰਿਹਾ ਭਾਜੀ ਉਹ ਵੈਸੇ ਲੱਗਾ ਵਾ ਹਟ ਜਾ ਨਾ ਪੁੱਤ ਉਹਨੂੰ ਭਾਜੀ ਉਹ ਜੁੱਤੀ ਵੀ ਉਹਨੂੰ ਕਿਸੇ ਟਾਈਮ ਕੇਕ ਹੀ ਲੱਗਦਾ ਨਾ ਮੂੰਹ 'ਚ ਪਾ ਲੈਂਦਾ ਹਟ ਜਾ ਪਿੱਛੇ ਹੋ ਜਾ ਮਾਰ ਲੈ ਕਤਰੇ ਪਿੱਛੇ ਹੋ ਜਾ ਪ੍ਰਾਹੁਣਾ ਇਹ ਆ ਕਿ ਜੇ ਤਾਂ ਤੁਸੀਂ ਇਹ ਮਤਲਬ ਕਿ ਭਾਰਾ ਚੁੱਕ ਸਕਦੇ ਆ ਭਾਜੀ ਤੁਹਾਡਾ ਗੱਲ ਪੈਸੇ ਦੀ ਵੀ ਨੀ ਗੀ ਅੱਲਾ ਰਹਿਮ ਕਰੇ ਘਰ ਇੱਕ ਵਸ ਜਾਵੇ ਸਾਨੂੰ ਇਹ ਤੋਂ ਵੱਡੀ ਖੁਸ਼ੀ ਕਿਹੜੀ ਜੋ ਦੇਣਾ ਲੈਣਾ ਤੁਸੀਂ ਤਾਂ ਆਪਣੀ ਖੁਸ਼ੀ ਨਾਲ ਦੇਣਾ ਲੈਣਾ ਖੁਸ਼ੀ ਨਾਲ ਤੁਸੀਂ ਦੇ ਦਿਓ ਅਸੀਂ ਤੁਸੀਂ ਸਾਨੂੰ ਆ ਘਰ ਦਾ ਆਦਰ ਪਤਾ ਦਿਓ ਅਸੀਂ ਤੁਹਾਨੂੰ ਟਾਈਮ ਦਿੰਦੇ ਹਾਂ ਟਾਈਮ ਦਿੰਦੇ ਜਦੋਂ ਤੁਸੀਂ ਦੋਵੇਂ ਜੀ ਘਰ ਪਹੁੰਚ ਜਾਓਗੇ ਰਾਜੀ ਬਾਜੀ ਹੋ ਜਾਓਗੇ ਸਾਨੂੰ ਪੈਸੇ ਉਦੋਂ ਦੇ ਦੀ ਕਿਉਂ ਬਈ ਨਹੀਂ ਨਹੀਂ ਉਹ ਆਪਣੇ ਵੇਖ ਲੈਣ ਆਪਣੀ ਹੁਣ ਦੇਣੇ ਹੁਣ ਦੇ ਦੇਣ ਅਸੀਂ ਤੇ ਉਹਨਾਂ ਦੇ ਨਾਲ ਜਾ ਕੇ ਭਾਜੀ ਦੇ ਨਾਲ ਤੋੜ ਲਈ ਗੱਲ ਤਾਂ ਮੈਂ ਤੁਹਾਡੀ ਸਮਝਣ ਡਿਆ ਨਹੀਂ ਮਤਲਬ ਬੇਈਮਾਨੀ ਅੱਲਾ ਤੁਹਾਡਾ ਕੋਈ ਕੰਮ ਨਹੀਂ ਹੋਣਾ ਅੱਲਾ ਰਹਿਮ ਕਰੇ ਘਰ ਆ ਕੇ ਘਰ ਆ ਅਸੀਂ ਤਾਂ ਕਹਿੰਦੇ ਤੁਹਾਡਾ ਘਰ ਵਸ ਜਾਵੇ ਤੇ ਉਹ ਤੁਸੀਂ ਦਿਓਗੇ ਵੀ ਤੇ ਤਾਂ ਵੀ ਕੋਈ ਨਹੀਂ ਨਾ ਵੀ ਦਿਓਗੇ ਤੇ ਤਾਂ ਵੀ ਕੋਈ ਨਹੀਂ ਇਹ ਤਾਂ ਆਪਣੀ ਆਪਣੀ ਮੌਜ ਦੀ ਗੱਲ ਬੰਦੇ ਗੱਲ ਰੱਖਣ ਵਾਸਤੇ ਦੇ ਦਿੰਦੇ ਹੁੰਦੇ ਆ ਹਟ ਜਾ ਹਾਂ ਆ ਲਵੋ ਜੀ ਤੂੰ ਬਣਾ ਕੇ ਲਿਆਉਣੀ 5000 ਰੁਪਇਆ ਜੀ ਪੂਰਾ ਆ ਗਿਆਣੇ ਯਾਰ ਮੱਖੀ ਗਿਆ ਪੰਜ ਸੌ ਵਾਲੇ ਦੋ ਦੇ ਦਿਓ ਜੀ ਆਪ ਨਹੀਂ ਦੋ ਮੇਰੇ ਕੋਲ ਨਹੀਂ ਹੈਗੇ ਜੀ ਇਹ 5000 ਤੁਹਾਨੂੰ ਆ ਗਿਆ ਜੀ 25000 ਤੁਹਾਡਾ ਮੇਰੇ ਵੱਲ ਰਹਿ ਗਿਆ ਜੀ ਅਤੇ ਉੱਧਰੋਂ ਤੁਸੀਂ ਮੇਰਾ ਮੁੰਡਾ ਆਖਰੀ ਮੈਨੂੰ ਬੱਸ 'ਤੇ ਚੜ੍ਹਨ ਲੱਗਿਆਂ ਫੜਾਉਣਾ ਹੈ ਅਤੇ ਉੱਧਰੋਂ ਮੈਂ ਤੁਹਾਨੂੰ ਤੁਹਾਡਾ 25000 ਫੜਾ ਦੇਣਾ ਭਾਅ ਜੀ ਕੋਈ ਰੌਲਾ ਹੀ ਕੋਈ ਨਹੀਂ ਅੱਲਾ ਹੀ ਰਹਿਮਤ ਨਾਲ ਤੁਸੀਂ ਸਮਝੋ ਤੁਹਾਡਾ ਕੰਮ ਭਾਅ ਜੀ ਉਹ ਜਿਹੜੀ ਵੀ ਗੱਲੋਂ ਗੁੱਸੇ ਹੋਈ ਹੈ ਤੁਹਾਨੂੰ ਤੁਹਾਡੇ ਨਾਲ ਹਾਂਜੀ ਤੁਹਾਨੂੰ ਜਾ ਕੇ ਕਹਿ ਗਈ ਵੀ ਮੈਂ ਤੇਰੇ ਕੋਲ ਮਾਫੀ ਮੰਗਦੀ ਹਾਂ ਤੂੰ ਮੇਰੇ ਘਰ ਦਾ ਮੈਨੂੰ ਮਾਫੀ ਵੀ ਮੰਗਣਗੇ ਮਾਫੀ ਜਿਨ੍ਹਾਂ ਨੇ ਇੰਨੀ ਦੇਰ ਹੋ ਗਈ ਭਾਲੀ ਧੀਆਂ ਕੋਈ ਬਣ ਵਾਸਤੇ ਹੁੰਦੀਆਂ ਇਹ ਬੰਦਾ ਕੱਲ ਹੀ ਵਿਆਹੁੰਦਾ ਇਹ ਰੱਖਣ ਵਾਲਾ ਕੰਮ ਹੀ ਨਹੀਂ ਹੈਗਾ ਕੰਮ ਹੀ ਨਹੀਂ ਹੈਗਾ ਇਹ ਉਹਨਾਂ ਦੇ ਮਾਪੇ ਟੋਰਨਗੇ ਆਪ ਭਰਾ ਟੋਰਨਗੇ ਅੱਲਾ ਦੀ ਰਹਿਮਤ ਦੇ ਨਾਲ ਕਿਹੜੇ ਪਿੰਡ ਦੀ ਆ ਕੁੜੀ ਇਹ ਆ ਕਿ ਆ ਪਿੰਡ ਤਾਂ ਇੱਥੇ ਹੀ ਆ ਨੇੜੇ ਹੀ ਆ ਇੱਧਰ ਤੇ ਉਹ ਇਹ ਆ ਉਧਰਲਾ ਕੁੜੀ ਦਾ ਵੀ ਇੱਧਰ ਪਤਾ ਦਿਓ ਨਹੀਂ ਮੈਂ ਤਾਂ ਇਦਾਂ ਕਰਦਾ ਮੈਂ ਤੁਹਾਡੇ ਨਾਲ ਚੱਲਦਾ ਨਾ ਜੀ ਅੱਛਾ ਜੀ ਨਾਲ ਚੱਲ ਕੇ ਤੇ ਇਹ ਆ ਕਿ ਫਿਰ ਤੁਹਾਨੂੰ ਮੈਂ ਦੂਰ ਖੜਾ ਹੋ ਕੇ ਬੂਆ ਦਿਖਾ ਦਿਆਂਗਾ ਤੁਸੀਂ ਉੱਥੇ ਆ ਕੇ ਆਪਣੀ ਗੱਲ ਕਰ ਲਓ ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਆਪਾਂ ਸੋਰਾ ਦਾ ਇੱਕ ਮੁੰਡਾ ਜਿਹੜਾ ਨਾ ਮੁੱਛਾਂ ਵਾਲਾ ਵੱਡੀ ਵੱਡੀ ਮੁੱਛਾਂ ਰੱਖੀ ਆ ਉਹਦੇ ਨਾਲ ਨਾ ਗੱਲ ਕਰੀਓ ਕਿਉਂਕਿ ਉਹਨੂੰ ਉਹ ਆਲੇ ਆ ਪਰਸੋਂ ਚੌਥ ਜੇਲੋਂ ਆਇਆ ਤਿੰਨ ਬੰਦੇ ਮਾਰੇ ਸੀ ਉਹਨੇ ਤੇ ਉਹਦੇ ਨਾਲ ਨਾ ਗੱਲ ਕਰੀਓ ਤੇ ਇਹ ਆ ਕਿ ਕਿੰਨੇ ਬੰਦੇ ਮਾਰੇ ਉਹਦੇ ਭਰਾ ਨੇ ਆ ਜਿਹੜੀ ਤੁਸੀਂ ਗੱਲ ਕਰਨ ਨੇ ਬੀਵੀ ਆਪਣੀ ਦੀ ਹਾਂਜੀ ਉਹਦੇ ਭਰਾ ਨੇ ਤਿੰਨ ਬੰਦੇ ਮਾਰੇ ਨਾ ਉਹ ਭਾਬੀ ਹੁਣਾਂ ਦੇ ਭਰਾ ਨੇ ਮਾਰੇ ਤਿੰਨ ਬੰਦੇ ਹਾਂਜੀ ਹਾਂਜੀ ਉਹ ਆ ਜੇਲੋਂ ਆਇਆ ਹੀ ਹਲੇ ਉਹਦੇ ਬਸ ਮੱਥੇ ਨਾ ਲੱਗੀਓ ਤੇ ਅੱਬੇ ਨਾ ਕਰ ਲਈਓ ਕਾਤਲ ਆ ਭਾਈ ਕਾਤਲ ਕਾਤਲ ਜੇਲੇ ਆ ਕੇ ਘਰ ਹੀ ਨਹੀਂ ਨਹੀਂ ਆ ਗਿਆ ਤਾਜ਼ਾ ਤਾਜ਼ਾ ਆ ਗਿਆ ਉਹ ਆਉਂਦਾ ਜਾਂਦਾ ਹੀ ਰਹਿੰਦਾ ਬੰਦੇ ਮਾਰਦਾ ਰਹਿੰਦਾ ਤੇ ਅੰਦਰ ਜਾਂਦਾ ਰਹਿੰਦਾ ਫਿਰ ਬਾਹਰ ਆਉਂਦਾ ਰਹਿੰਦਾ ਅੰਦਰ ਜਾਂਦਾ ਰਹਿੰਦਾ ਬੰਦੇ ਮਾਰਦਾ ਉਹ ਭਾਜੀ ਅੱਲਾ ਦੀ ਰਹਿਮਤ ਦੇ ਨਾਲ ਨਾ ਅਸੀਂ ਤਾਂ ਗੱਲ ਉਹਦੇ ਪਿਓ ਨਾਲ ਹੀ ਕਰ ਰਹੀ ਆ ਨਾ ਆ ਪਿਓ ਨਾ ਉਹਦੇ ਨਾਲ ਗੱਲ ਕਰ ਲੈਣਾ ਉਹ ਵੀ ਇਦਾਂ ਦਾ ਹੀ ਹੈ ਮਤਲਬ ਕਿ ਸੂਰਜ ਆ ਉਹਦਾ ਪਿਓ ਜਿਹੜਾ ਉਹ ਤੁਸੀਂ ਹੁਣ ਤੇ ਦੇਖੋ ਸਿੱਧੀ ਤੁਸੀਂ ਗੱਲ ਕਰਨੀ ਹੈ ਉਹ ਐਸਾ ਮਤਲਬ ਕਿ ਨਾ ਦਿਮਾਗ ਖਰਾਬ ਦਾ ਬੰਦਾ ਆ ਤੁਸੀਂ ਗੱਲ ਕਰਨੀ ਹੈ ਆਹ ਤੁਹਾਡੇ ਮੂੰਹੋਂ ਗੱਲ ਨਿਕਲਣੀ ਹੈ ਆਹ ਟੋਕਾ ਤੁਹਾਡੇ ਸਿਰ 'ਚ ਪੈ ਜਾਣਾ ਉਹ ਵੀ ਐਸਾ ਮਤਲਬ ਖਬੀਸ ਜਿਹਾ ਬੰਦਾ ਹਮੀਦ ਸਾਹਿਬ ਸਹੀ ਗੱਲ ਭਾਜੀ ਕਹਿਣ ਡਿਆ ਆ ਕਿ ਉਹ ਜਿਹੜੇ ਹੈ ਨਾ ਗਿੱਲੇ ਹੋ ਭਾਜੀ ਆਪਸ 'ਚ ਇਨਸਾਨੀਅਤ ਦਾ ਵੀ ਕੋਈ ਰਿਸ਼ਤਾ ਹੁੰਦਾ ਵਾ ਲੇਖਾ ਮਾਵਾਂ ਧੀਆਂ ਦਾ ਹੁੰਦਾ ਲੇਕਿਨ ਤੁਸੀਂ ਉੱਥੇ ਜਾਣਾ ਨਹੀਂ ਨਹੀਂ ਉਹ ਭਾਜੀ ਪਤਾ ਕੀ ਗੱਲ ਹੁੰਦੀ ਆ ਕਈ ਬੰਦੇ ਹੁੰਦੇ ਨੇ ਮੰਨਦੇ ਨਹੀਂ ਗੱਲ ਨਹੀਂ ਮੰਨ ਲੈਂਦੇ ਜਿਨ੍ਹਾਂ ਨੇ ਭਾਜੀ ਤੁਹਾਡੇ ਨਾਲ ਨਹੀਂ ਟੋਰੀ ਉਹ ਸਾਡੇ ਨਾਲ ਕਿੱਥੇ ਨਾ ਤੁਸੀਂ ਪਹਿਲੇ ਵੀ ਤਾਂ ਦੱਸਿਆ ਹੈ ਨਾ ਕਿ ਮੈਂ ਲੰਬੜਦਾਰ ਤੁਹਾਡੇ ਵਾਕਫ ਨੇ ਨਾ ਨਹੀਂ ਭਾਜੀ ਇਹ ਕਿਉਂ ਹੱਸਣ ਡਿਆ ਪਰਾ ਤੂੰ ਕਿਉਂ ਹੱਸਣ ਡਿਆ ਤੇ ਮਾਰ ਬਹੁਤ ਹੀ ਹੱਸੇ ਆਉਂਦੇ ਨੇ ਜੁੱਤੀ ਸੰਘਾਉਣੀ ਪੈਂਦੀ ਹੈ ਲਓ ਜੀ ਹੁਣ 5 ਮਿੰਟ ਨਹੀਂ ਲੱਗ ਜਾਣਗੇ ਦੇਣਾ ਚਾਹੀਦਾ ਮਾਪਿਆਂ ਦੇ ਇਹੋ ਜਿਹੀ ਨੂੰ ਨਹੀਂ ਵਸਾਈ ਨਾ ਰੱਖੋ ਤੁਸੀਂ ਕੱਲ ਨੂੰ ਫਰਜ਼ ਕਰੋ ਕਿ ਆ ਵੀ ਜਾਂਦੀ ਹੈ ਤੁਸੀਂ ਕੋਈ ਪੁੱਠੀ ਸਿੱਧੀ ਉਹਦੇ ਨਾਲ ਗੱਲ ਕਰੋ ਫਿਰ ਉਹਦਾ ਭਰਾ ਅੱਗੇ ਤਿੰਨ ਬੰਦੇ ਜਿਹਨੇ ਮਾਰੇ ਉਹਨੂੰ ਚੌਥਾ ਮਾਰਨ ਲੱਗਾ ਕਿਹੜਾ ਕੋਈ ਕੰਮ ਹੋਣਾ ਆ ਮੈਨੂੰ ਹੁਣ ਪਤਾ ਲੱਗਾ 15-20 ਦਿਨ ਪਹਿਲੇ ਇਹਨਾਂ ਦੀ ਕਿਤੇ ਮਹੱਲੇ 'ਚ ਲੜਾਈ ਹੋਈ ਉੱਥੇ ਉਹਨਾਂ ਦੀ ਮਾਂ ਜਿਹੜੀ ਮੇਰੀ ਘਰ ਦੀ ਮਾਂ ਸੱਸ ਮੇਰੀ ਉਹ ਜਨਾਬ ਬਾਲਾ ਲੈ ਕੇ ਨਿਕਲੀ ਅੰਦਰੋਂ ਤੇ ਨਿਕਲਦੀ ਨੇ ਬੰਦੇ ਦੇ ਸਿਰ 'ਚ ਠੋਕਿਆ ਬਾਲਾ ਦਾ ਸਿਰ ਦੋ ਥਾਂ ਹੀ ਕਰਤਾ ਉਹ ਗੱਲ ਹੀ ਨਹੀਂ ਕਰਦੇ ਆਮ ਇਹ ਮੁੰਡਾ ਮੇਰੇ ਕੋਲ ਕਿਉਂ ਹੱਥ ਸਟਾਈ ਜਾਣ ਡਿਆ ਭਾਜੀ ਦੇ ਪੈਸੇ ਨੇ ਇੱਧਰ ਉੱਧਰ ਹੋ ਜਾਣ ਚਵਲੇ ਜੀ ਇਹ ਤੂੰ ਲੈਦਾ ਉਹਦੇ ਵੱਲ ਦਾ ਹੋਇਆ ਇੱਕ ਮਿੰਟ ਦਾ ਪਹਿਲੇ ਉਹ ਇੱਥੇ ਤਾਂ ਬੁੱਢੀਆਂ ਬੰਦੇ ਸਾਰੇ
तेनू बड़ी समझ आई जेदी मां बाले मारती सिर चे जो निक्का भरा ना उन्होंने 16-17 साल पिस्तौल नवा लिया छाटी देना चाहिए खुदा की कसम किसी काम बार बार हमीसा ये भी गल ना करो इदा जिन्हू छाड़ देना चाहिए कंधा दे भी कन्न हुंदे जे उन्हें सहुरे नूं पता लग गया तो मारे जाओगे बिला वजे साईं जी गलत मशवरा दे रहे हैं के जी ऐदां दी नूं छड्ड देना चाहीदा हुण तुसीं दोनों इत्थे बैठे आ मैं जाके उहदे भरावां नूं दसदा हां उहदी मां नूं दसदा उत्थे दो मुंडे बैठे आ कहिंदे तुहाडी कुड़ी नूं छड्ड दे मैं नाल लै आंदा भाजी आ गल्ला भाजी मैं नहीं अल्लाह दी कसम भैण वर्गी आ ओह ते साडियां भैण वर्गी भैणां दे अपने घर ही चंगीआं लगदीआं आ कहिंदा छड्ड देनी चाहीदी मैं ता कहना एहो जी दी गल छड्ड देनी चाहीदी आ गल किथे वड्डे थां करनी चाहीदी आ आम बंदे दे बस दा काम नहीं हैगा असल दे विच ना भाजी ओह तुसीं आपे की लगदे तुसीं उहनां दे गल करिए इज्जत दा मामला कातला उत्तों पिस्तौल नवी लई फिरदा ते साडे कोल तां कम वी है नहीं अम्मा हुणां दी गल दसी ओ मां जी हुणां दी ओ तुसी दसिया के बाला मार के ओने सिर बंदे दा खोल दित्ता यार उत्थे गल कर नहीं तुहाडे ते लंबड़दार वाकफ ते फलाना ते नहीं भाजी जेड़े बंदे नहीं तुसी पहले भी कोई कुड़ी तोड़ी नहीं जिस बंदे दा लंबड़दार वाकफ होवे तां सिर नहीं खोलदा ओए असी ते भाजी एदी हमशीरा दी शादी कीती असी ते ओ टोरी आ असी ओ बस असी अल्लाह रहम करे किथे तुसी भाजी इक होर पासे आ लंबड़दार ना करो हमीद उठी आ रहा बालन चक मैं बालन चढ़ के जाना आप भावें मैं तुहाडे कोल आके बैठा हां तू चल ले नहीं नहीं भाजी मेरे ते घर दे मेनू बालन लैण भेजिया वा मैं ते रोटी खाण घर आया मैं ते कम तो मैं ते बालन लैके चला ओ कसम लग ते आ पुत्रा ओए ओए मेनू मक्खी नु पाड़ा मर गया मर गई